YouTube ਤੇ APS ਪਰਮ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਰਮਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਜਾ ਰਹੇ ਹਾਂ ਲੁਧਿਆਣੇ, ਫਾਦਰ ਸਾਹਿਬ ਮੇਰੇ ਨਾਲ ਹੈ ਅਤੇ ਇਹਨਾਂ ਦੇ ਖਾਸ ਯਾਰ ਦੋਸਤ ਉਹਨਾਂ ਨੂੰ ਮਿਲਣ ਵਾਸਤੇ। ਜੇ ਹੋ ਸਕਿਆ ਤਾਂ ਉਹਨਾਂ ਨਾਲ ਜਿਹੜੀ ਮੁਲਾਕਾਤ ਹੈ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਜਾਊਂਗੀ। ਚਲੀ ਡੈਡੀ, ਫਿਰ ਅਸੀਂ ਪਹੁੰਚ ਗਏ ਹਾਂ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ। ਹੁਣ ਅਸੀਂ ਮੁਰਿੰਡੇ ਤੱਕ ਟਿਕਟ ਲੈ ਲਈ, ਉਸ ਤੋਂ ਬਾਅਦ ਫਿਰ ਬੱਸ ਵਿੱਚ ਜਾਵਾਂਗੇ। ਕਿਉਂ ਡੈਡੀ ਜੀ? ਹਾਂਜੀ ਠੀਕ ਹੈ ਜੀ। ਹਾਂਜੀ ਸਾਨੂੰ ਬਹੁਤ ਖੁਸ਼ੀ ਹੋ ਮਹਿਸੂਸ ਹੋ ਰਹੀ ਹੈ। ਵਾਹਿਗੁਰੂ ਕਿਰਪਾ ਕਰੇ, ਜਹਾਂ ਜਾਈਏਗਾ ਫਤਿਹ ਪਾਈਏਗਾ। ਅਸੀਂ ਹੁਣ ਪਹੁੰਚ ਗਏ ਹਾਂ ਲੁਧਿਆਣੇ, ਜਿੱਥੇ ਜਾਣਾ ਸੀਗਾ। ਬਸ ਹੁਣ ਥੋੜ੍ਹੀ ਜਿਹੀ ਦੂਰ ਘਰ ਹੈ ਉਹਨਾਂ ਦਾ। ਫਾਦਰ ਸਾਹਿਬ ਸਾਡੇ ਬਹੁਤ ਜ਼ਿਆਦਾ ਖੁਸ਼ ਹੈ ਉਹਨਾਂ ਨੂੰ ਮਿਲਣ ਵਾਸਤੇ। ਮੈਂ ਵੀ ਬਹੁਤ ਜ਼ਿਆਦਾ ਉਤਾਵਲ ਹਾਂ, ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਣਾ। ਸਰਪ੍ਰਾਈਜ਼ ਰੱਖਦੇ ਹਾਂ ਕਿਹਨਾਂ ਨੂੰ ਮਿਲਣਾ, ਤੁਹਾਨੂੰ ਦੱਸਾਂਗੇ ਤੁਹਾਨੂੰ ਵੀਡੀਓ ਰਾਹੀਂ। ਠੀਕ ਹੈ, ਅਸੀਂ ਪਹੁੰਚ ਗਏ। ਬਸ ਥੋੜ੍ਹੀ ਜਿਹੀ ਦੂਰ ਹੋਰ ਹੈ, ਅਸੀਂ ਬਹੁਤ ਜ਼ਿਆਦਾ ਸਾਨੂੰ ਐਕਸਾਈਟਮੈਂਟ ਹੋਈ ਹੈ ਮਿਲਣ ਲਈ। ਜੋ ਤੁਹਾਨੂੰ ਦਿਖਾਵਾਂਗੇ ਤੁਸੀਂ ਵੀ ਬਹੁਤ ਖੁਸ਼ ਹੋਣਾ। ਚਲੋ ਬਾਕੀ ਉੱਥੇ ਜਾ ਕੇ ਗੱਲਾਂ ਕਰਦੇ ਹਾਂ ਫਿਰ। ਅੱਜ ਮੈਂ ਆਪਣੇ ਫਾਦਰ ਸਾਹਿਬ ਨਾਲ ਲੁਧਿਆਣੇ ਆਇਆ ਸੀਗਾ ਅਤੇ ਜਿਨ੍ਹਾਂ ਕੋਲ ਆਇਆ ਸੀ ਔਫ ਕੈਮਰਾ ਤਾਂ ਅਸੀਂ ਬਹੁਤ ਗੱਲਾਂ ਕੀਤੀਆਂ, ਬਹੁਤ ਜ਼ਿਆਦਾ ਗੱਲਾਂ ਵੀ। ਟਾਈਮ ਘੱਟ ਹੋ ਗਿਆ ਅਤੇ ਹੁਣ ਮੈਂ ਰੂਬਰੂ ਕਰਵਾ ਰਿਹਾ ਡਾਕਟਰ ਸਿੰਘ ਅਲੱਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵਾਸਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ। ਮੇਰੇ ਬਹੁਤ ਹੀ ਪਿਆਰਾ ਅਜ਼ੀਜ਼ ਸਰਦਾਰ ਕਰਤਾਰ ਸਿੰਘ, ਜਿਨ੍ਹਾਂ ਨਾਲ ਮੈਂ ਆਪਣੀ ਜ਼ਿੰਦਗੀ ਦੇ ਬੜੇ ਕੀਮਤੀ ਸਾਲ ਨੌਕਰੀ 'ਚ ਇਕੱਠਿਆਂ ਬਿਤਾਏ, ਔਰ ਇਹ ਉਸ ਤੋਂ ਬਾਅਦ ਹੋਰ ਵੱਡੀਆਂ ਨੌਕਰੀਆਂ ਚਲੇ ਗਏ, ਮੈਂ ਕਿਸੇ ਹੋਰ ਪਾਸੇ ਚਲੇ ਗਿਆ, ਪਰ ਅੱਜ 40 ਸਾਲ ਬਾਅਦ ਸਾਨੂੰ ਦੁਬਾਰਾ ਮੇਲ ਹੋਇਆ। ਉਹਦੇ 'ਚ ਇੱਕ ਵਾਧਾ ਜ਼ਰੂਰ ਹੋਇਆ ਵੀ ਪਹਿਲੇ ਇਕੱਲਾ ਮਿਲਦਾ ਉਹਨੂੰ ਅਸੀਂ ਅੱਜ ਇਸ ਦੇ ਨਾਲ ਦੁਆ ਚੱਲਿਆ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ, ਮੈਂ ਇਸ ਗੱਲ ਦਾ ਵੀ ਬਹੁਤ ਧੰਨਵਾਦ ਕਰਦਾ ਸਤਿਗੁਰੂ ਦਾ ਔਰ ਅਨੰਦਪੁਰ ਸਾਹਿਬ ਦੀ ਧਰਤੀ ਦਾ ਕਿ ਅਵਤਾਰ ਸਿੰਘ ਨੇ ਜਿਹੜਾ ਬੱਚਾ ਸਜਾਇਆ, ਗੁਰੂ ਸਾਹਿਬ ਨੇ ਇਤਨੀ ਮਿਹਰ ਕੀਤੀ ਕਿ ਉਸ ਵਿੱਚ ਗੁਰੂ ਸਾਹਿਬ ਦਾ ਜਿਹੜਾ ਅੰਸ਼ ਹੈ ਗੁਰਸਿੱਖੀ ਦਾ, ਉਹ ਬਹੁਤ ਪ੍ਰਗਟ ਰੂਪ 'ਚ ਮੈਨੂੰ ਦੱਸਿਆ। ਮੈਂ ਬਹੁਤ ਪ੍ਰਭਾਵਿਤ ਹਾਂ ਇਹ ਸਤਿਗੁਰਾਂ ਦੀ ਉਸ ਵਰਸੋਈ ਧਰਤੀ ਦਾ ਇੱਕ ਗਹਿਣਾ ਹੈ, ਖੂਬਸੂਰਤੀ ਦਾ ਇੱਕ ਚਿੰਨ੍ਹ ਹੈ, ਨੇਕ ਭਾਵਨਾ ਵਾਲਾ ਬੱਚਾ
ਔਰ ਗੁਰੂ ਵਿੱਚ ਇਸਦੀ ਲਗਨ ਹੈ, ਗੁਰੂ ਵਿੱਚ ਇਸਦੀ ਸ਼ਰਧਾ ਹੈ, ਗੁਰੂ ਵਿੱਚ ਇਸਦਾ ਭਰੋਸਾ ਹੈ, ਔਰ ਜਿਸ ਦਾ ਗੁਰੂ ਵਿੱਚ ਭਰੋਸਾ ਹੈ ਉਸ ਨੂੰ ਕਦੇ ਵੀ ਕੋਈ ਆਉਂਚ ਨਹੀਂ ਆਏਗੀ, ਉਸਦੇ ਗੁਰੂ ਮਹਾਰਾਜ ਉੱਤੇ ਤੋਂ ਉੱਤੇ ਹੀ ਕਰੇਗਾ। ਅਸੀਂ ਦੁਨਿਆਵੀ ਦੌਲਤਾਂ ਨਾਲ ਆਪਣੇ ਆਪ ਨੂੰ ਨਾਪੀਏ ਤਾਂ ਮੇਰੇ ਖਿਆਲ ਛੋਟੀ ਗੱਲ ਹੋਏਗੀ। ਗੁਰੂ ਸਾਹਿਬ ਨੇ ਤਾਂ ਕਿਹਾ ਕਿ ਜਿਸ ਦਾ ਫਿਰਦਾ ਸੋਚਿਆ, ਜਿਸ ਦੇ ਅੰਦਰ ਨਾਮ ਹੈ, ਜਿਸ ਦਾ ਨਾਮ ਹਦਾਰ ਹੈ, ਜਿਹੜਾ ਹਵੇ ਤੋਂ ਰਹਿਤ ਹੈ, ਉਸਦਾ ਅਮੀਰ ਵੱਡਾ ਬੰਦਾ ਹੀ ਕੋਲ, ਉਹ ਬਾਦਸ਼ਾਹ ਦਾ ਪਾਤਸ਼ਾਹ ਹੈ। ਉਸ ਲਿਹਾਜ਼ ਨਾਲ ਮੈਂ ਸਮਝਦਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਦੇ ਰਹਿਣ ਵਾਲਾ ਇੱਕ ਪੰਛੀ ਵੀ ਜਿਹੜਾ ਨਾ, ਉਸ 'ਤੇ ਵੀ ਗੁਰੂ ਸਾਹਿਬ ਜੀ ਇਤਨੀ ਬਖਸ਼ਿਸ਼ ਹੈ ਕਿ ਉਸ ਵਿੱਚ ਆਦਮੀਅਤ ਵੀ ਹੈ, ਰੂਹਾਨੀਅਤ ਵੀ ਹੈ, ਅਤੇ ਸਤਿਗੁਰ ਦੇ ਪਿਆਰ ਦੀ ਸ਼ਕਤੀ ਵੀ ਹੈ। ਔਰ ਇਹ ਤਾਂ ਬੱਚੇ ਗਾਉਣ ਦੀ ਬਹੁਤ ਵੱਡੀ ਸ਼ਾਨ, ਮੈਨੂੰ ਅੱਜ ਬਹੁਤ ਖੁਸ਼ੀ ਕਿ ਮੈਂ ਵਿਵਹਾਰ ਜਾ ਨਹੀਂ ਸਕਦਾ, ਆ ਨਹੀਂ ਸਕਦਾ, ਪਰ ਇਹ ਮੈਨੂੰ ਮੇਰੇ ਵਾਸਤੇ ਸਪੈਸ਼ਲ ਅਨੰਦਪੁਰ ਸਾਹਿਬ ਤੋਂ ਆਏ, ਔਰ ਇਹਨਾਂ ਦੇ ਆਏ ਨਾਲ ਮੈਂ ਮਹਿਸੂਸ ਕਰਦਾ ਕਿ ਮੈਨੂੰ ਬਿਮਾਰੀ ਕੋਈ ਨਹੀਂ ਹੈਗੀ। ਹੁਣ ਇਹ ਚੱਲ ਜਾਣਗੇ ਤਾਂ ਫਿਰ ਪਤਾ ਨਹੀਂ ਮੇਰਾ ਕੀ ਹਾਲ ਹੋਏਗਾ, ਲੇਕਿਨ ਮੈਂ ਅੱਜ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ। ਮੈਂ ਵਿਸ਼ੇਸ਼ ਤੌਰ 'ਤੇ ਇਸ ਬੱਚੇ ਨੂੰ ਆਪਣੀਆਂ ਬਹੁਤ ਹੀ ਦਿਲੀ ਸ਼ੁਕਰਗੁਜ਼ਾਰ ਔਰ ਸਭ ਤੋਂ ਮਿਲਿਆ ਮੇਰਾ ਉਹਨਾਂ ਦੀ ਬਖਸ਼ਿਸ਼ ਲੈ ਕੇ ਇਸਨੂੰ ਵਿਸਰਜਿਤ ਕਰਦਾ, ਤਾਂ ਕਿ ਇਹ ਬਹੁਤ ਮਹਾਨ ਗੁਰਨਾਮ ਨੇਕ ਇਨਸਾਨ ਸ਼ਕਤੀਸ਼ਾਲੀ ਗੁਰਸਿੱਖ ਔਰ ਗੁਰੂ ਦੀ ਭਾਵਨਾ ਵਿੱਚ ਰਹਿਣ ਵਾਲਾ ਪੂਰਨ ਗੁਰੂ ਸਭ ਕਵੇ। ਮੈਂ ਇਹਨਾਂ ਦਾ ਆਏ ਦਾ ਧੰਨਵਾਦ ਕਰਦਾ, ਜੀ ਆਇਆ ਕਰਦਾ, ਔਰ ਇਹ ਵੀ ਅਰਦਾਸ ਕਰਦਾ ਕਿ ਗਾਇਕ ਜਦ ਵੀ ਕਿਤੇ ਉਹਨਾਂ ਨੂੰ ਟਾਈਮ ਮਿਲੇ ਇਹ ਆਮ ਅਤੇ ਮੈਨੂੰ ਸ਼ਕਤੀ ਮਿਲੇ। ਬਹੁਤ ਬਹੁਤ ਮਿਹਰਬਾਨੀ, ਸਾਰੀ ਸਿਹਤ ਨੂੰ ਅਨੰਦਪੁਰ ਸਾਹਿਬ ਦੀ ਪਿਆਰੀ ਧਰਤੀ ਔਰ ਸਿਹਤ ਨੂੰ ਸਤਿਗੁਰਾਂ ਦੇ ਉਹਨਾਂ ਦਰਬਾਰਾਂ ਨੂੰ ਜਿਨ੍ਹਾਂ ਦੇ ਬੱਚਾ ਰੋਜ਼ ਦਰਸ਼ਨ ਕਰਵਾਉਂਦਾ, ਉਹਨਾਂ ਨੂੰ ਸਭ ਨੂੰ ਨਮਨ ਕਰਦਾ ਹੋਇਆ ਸਦਾ ਸਤਿਕਾਰ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਮੇਰੇ ਤੋਂ ਸ਼ੁਰੂ ਜੀ ਸੇਵਾਦਾਰ ਵਿਦ ਡੈਫਰੈਂਸ, ਵੀ ਇਹਦੀ ਸੇਵਾ ਵਿੱਚ ਸ਼ਰਧਾ ਹੈ, ਇਹ ਉਸ ਉਹ ਸੇਵਾਦਾਰ ਹੈ। ਅਤੇ ਨਾਲ ਮੇਰੀ ਫੋਟੋ ਦਿੱਤੀ ਹੈ, ਇਹ ਜਿਹੜੇ ਵਰਲਡ ਰਿਕਾਰਡ ਟਾਪ ਰਿਕਾਰਡ ਅਸੀਂ ਬੀਬੀ। ਹਾਂਜੀ ਹਾਂਜੀ, ਇਹ ਜਿਹੜੇ ਥੋੜ੍ਹੇ ਚਿੱਤਰਾਂ ਦੀ ਫੋਟੋ, ਇਹ ਰਿਕਾਰਡ ਹੋਲਡਰ ਦੀ ਫੋਟੋ ਹੈ। ਇਹ ਐਕਸੀਲੈਂਸ ਆਫ ਸਿੱਖਿਜ਼ਮ ਕਿਤਾਬ ਅਮੈਰੀਕਾ ਇੰਗਲੈਂਡ ਦੀ ਰੈਫਰੈਂਸ ਲਾਇਬ੍ਰੇਰੀ 'ਚ ਕਹੇ ਤੇ ਕਰਮਿੰਦਰ ਸਾਹਿਬ ਦੀ ਸਮੁੰਦਰ ਦੇ ਥੱਲੇ, ਅੱਛਾ ਜੀ, 3 ਮੀਲ ਥੱਲੇ ਉਹਨਾਂ ਨੇ ਇਸ ਨੂੰ ਪਤਾ ਨਹੀਂ ਕਿਸ ਤਰ੍ਹਾਂ ਡਿਜੀਟਾਈਜੇਸ਼ਨ ਕਰਕੇ ਦਬਾ ਕੇ ਰੱਖਿਆ। ਅੱਛਾ, ਸਾਡੇ ਬੰਬ ਪੈ ਜਾਣ ਦੁਨੀਆਂ ਦਾ ਕੁਝ 1000 ਸਾਲ ਬਾਅਦ ਵੀ ਨਿਕਲੇ ਅਤੇ ਇਹ ਕਿਤਾਬ, ਇਸ ਵਾਸਤੇ ਮੈਂ ਸਮਝਦਾ ਉਹਨਾਂ ਨੇ ਇਹ ਤਾਂ ਲਾਈ ਹੈ ਵੀ ਇਹ ਐਡੀ ਰੇਅਰ ਬੁੱਕ ਹੈ। ਇਹ ਇੰਡੋਨੇਸ਼ੀਆ ਦੀ ਵੀਟਨਾਮ ਦੀ ਲੜਕੀ ਸਨਮਾਨਿਤ ਕਰੀ ਆਪਣੇ ਦੇਸ਼ ਵੱਲੋਂ, ਮੈਨੂੰ ਇਹ ਕਾਲ ਕਰਕੇ ਜਥੇਦਾਰ ਸਨਮਾਨ ਕਰ ਰਿਹਾ, ਇਹ ਬਾਦਲ ਸਨਮਾਨ ਕਰ ਰਿਹਾ, ਇਹ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਜਿਸ ਫੋਟੋ ਤੁਸੀਂ ਉਹ ਸਨਮਾਨ ਕਰ ਰਿਹਾ। ਇਹ ਵੱਖ ਵੱਖ ਰਿਕਾਰਡ ਜਿਹੜੇ ਨੇ, ਅਸੀਂ ਲਿਮਕਾ ਵਾਲੇ, ਇੰਡੀਆ ਵਾਲੇ, ਆਪਣੇ 3 ਕਿਤਾਬਾਂ, ਇਹ ਉਹਨਾਂ ਨੇ ਮੇਰਾ ਮੈਡਲ ਦਿੱਤਾ, ਇਹ ਰਿਕਾਰਡ, ਇਹ ਮੈਂ ਆਪ ਇੱਥੇ ਲਾਇਬ੍ਰੇਰੀ 'ਚ ਬੈਠਾ, ਇੱਥੇ ਮੇਰੀ ਫੋਟੋ ਹੈ। ਸੋ ਇਸ ਤਰ੍ਹਾਂ ਇਹ 4 ਸਫ਼ੇ ਇੱਕ ਬੜੀ ਵੱਡੀ ਰੇਅਰ ਗੱਲ ਹੈ, ਪ੍ਰਮਨੈਂਟ 6, ਔਰ ਮੈਂ ਇਸ ਦੀ ਸਮ ਇੰਪੋਰਟੈਂਟ ਗੁਰਦੁਆਰਾਸ ਐਂਡ ਸਿੱਖ ਆਰਗੇਨਾਈਜੇਸ਼ਨ ਆਫ ਦੀ ਵਰਲਡ, ਓਨਲੀ ਵਰਲਡ, ਸਾਰੀ ਵਰਲਡ ਦੀ, ਇਹਦੇ ਵਿੱਚ ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ, ਇਹ ਸਾਡੇ ਬਾਰੇ ਇਹਨਾਂ ਨੇ ਲਿਖਿਆ, ਕਿਤਾਬਾਂ ਦੀ ਫੋਟੋਆਂ ਵੀ ਲਾਈਆਂ, ਔਰ ਇਹ ਜਿਹੜੀ ਅਕਾਲ ਤਖਤ ਨੂੰ ਸਨਮਾਨ ਮਿਲਿਆ ਉਹ ਫੋਟੋ ਮੇਰਾ ਵੱਡਾ ਲਿਖਣ ਨਾਲ ਖੜਿਆ। ਇਸੇ ਤਰ੍ਹਾਂ ਹੀ ਇਹ ਕਿਤਾਬ ਜਿਹੜੀ ਹੈ, ਹਾਂਜੀ, ਇਹ ਰਿਲੀਜ਼ ਹੋਈ ਹੈ ਅਤੇ ਮੇਰੇ ਲੜਕੇ ਨੇ ਜਾ ਕੇ ਇਹਨੇ ਵਾਈਸ ਪ੍ਰੈਜ਼ੀਡੈਂਟ ਤੋਂ ਅਸੀਂ ਕਾਫੀ ਰਸੀਪੀ ਸੀ, ਇਹ ਉਹਦੀ ਫੋਟੋ ਹੈ, ਬਹੁਤ ਅੱਛੀ, ਇਹ ਸਾਰਾ ਇਹਦੇ ਵਿੱਚ ਜ਼ਿਕਰ ਹੈ। ਇਹ ਬੜੀ ਰੇਅਰ ਬੁੱਕ ਹੈ,
maximum editions published and distributed in 9 months. Also India also hold the record for the maximum number of reprints of a Religion and Language book, Harmandir Darshan, those were no prints, wherein the first edition of the book was published in Fulana. It is again the record for the maximum number of editions published and distributed in 9 months for the book titled Dhan Nanak Teri Vaddi Kamai, Sitai Editions, with 21 Punjabi, 5 Hindi and 1 in English, and was also made by Dr. Sushnal Barnitne, Chati, Afrodina Punjab, Samagas, Bosistan, Tumido Sutan. In a 9 months, it's the Sitai Editions, one is a 70 edition chapter. ਮੈਂ ਤੇ ਮੇਰੇ ਫਾਦਰ ਸਾਹਿਬ ਹੁਣੀ ਅਜੇ ਆਪਣੇ ਘਰ ਪੁੱਜੇ ਹਾਂ। ਅੱਜ ਅਸੀਂ ਡਾਕਟਰ ਸਰੂਪ ਸਿੰਘ ਅਲੱਗ ਜੀ ਨੂੰ ਮਿਲ ਕੇ ਆਏ। ਸਾਨੂੰ ਉਹਨਾਂ ਨੂੰ ਮਿਲ ਕੇ ਦਿਲ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀਆਂ ਦੇਵੇ। ਉਹਨਾਂ ਨੇ ਸਾਨੂੰ ਆਪਣੀਆਂ ਹੱਥ ਲਿਖਤ ਕਿਤਾਬਾਂ ਵੀ ਦਿੱਤੀਆਂ। ਜੇ ਕਿਸੇ ਵੀਰ ਨੇ ਉਹ ਪੜ੍ਹਨੀਆਂ ਹੋਵੇ, ਕੋਈ ਪੜ੍ਹਨ ਦਾ ਚਾਹਵਾਨ ਹੋਵੇ, ਤਾਂ ਨੀਚੇ ਦਿੱਤੇ ਨੰਬਰ 'ਤੇ ਮੇਰੇ ਨਾਲ ਗੱਲ ਕਰ ਸਕਦਾ ਹੈ। ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਸ਼ੁਕਰੀਆ ਜੀ।